ਅਸਲਾਮ ਵਾਲੇਕਮ ਸੰਗਿਓ ਬਲਿਓ ਉਮੀਦ ਕਰਨੇ ਆ ਸਾਰੇ ਖੈਰ ਖੁਸ਼ੀਤ ਨਾਲ ਉਸ ਵਕਤ ਅੱਜ ਨਵੀਂ ਵੀਡੀਓ ਨਾਲ ਹਾਜ਼ਰ ਹਾਂ ਅੱਜ ਅਸਾਂ ਬੜੀ ਪਿਆਰੀ ਵੀਡੀਓ ਕੀ ਨਿੰਦਾ ਆਏ ਹਾਂ ਬਰਕਵਾਲਾਂ ਦੀ ਜ਼ਿੰਦਗੀ ਪਰ ਕਿ ਉਹਨਾਂ ਦੀ ਜ਼ਿੰਦਗੀ ਕਹਿ ਜੀ ਹੈ ਤਾਂ ਉਹ ਇਸਲਾ ਘੜੇ ਏਰੀਏ 'ਚ ਕਿਆ ਕਰੀ ਰਹੇ ਤਾਂ ਕਦੋਂ ਤੱਕ ਉਹ ਕਸ਼ਮੀਰ ਨੇ ਉੱਪਰਲੇ ਇਲਾਕਿਆਂ ਤੱਕ ਸਫ਼ਰ ਕਰਨਾ ਸ਼ੁਰੂ ਕਰ ਸਨ ਸਾਰੇ ਨਾਲ ਅੱਜ ਭਾਈ ਮੌਜੂਦ ਹੈ ਭਾਈ ਕਾ ਨਾਂ ਹੈ ਸੁਣ ਔਰੰਗਜ਼ੇਬ ਭਾਈ ਸਾਰੇ ਨਾਲ ਬੜੇ ਪਿਆਰੇ ਭਾਈ ਹੈ ਸਾਰੇ ਨਾਲ ਮੌਜੂਦ ਹੈ ਤਾਂ ਇਹਨਾਂ ਕੋਲੋਂ ਵੀ ਗੱਪ ਸ਼ੱਪ ਲਾਉਣੇ ਪੁੱਛਣੇ ਹਾਂ ਕਿਤਨੀਆਂ ਬੱਕਰੀਆਂ ਸ਼ੱਕਰੀਆਂ ਰੱਖੀਆਂ ਹੋਈਆਂ ਨੇ ਤੇ ਇਹ ਇਹ ਵੀ ਕਸ਼ਮੀਰ ਗਏ ਕੋਈ ਨਹੀਂ ਤੱਕਿਆ ਨੇ ਪੁੱਛਣੇ ਇਹਨਾਂ ਕੋਲ ਗੋਜਰੀ ਮਜੀਸ਼ੀਨ ਨਹੀਂ ਕੋਣੀ ਗੋਜਰੀ ਸ਼ਜਰੀ ਇਸ ਨਹੀਂ ਕੋਈ ਨਹੀਂ ਕੋ ਨਹੀਂ ਇਸ ਨਹੀਂ ਦੋ ਚਾਰ ਲਫ਼ਜ਼ ਅਸਾਂ ਕੀ ਸਿਖਾਈ ਉਹਨੂੰ ਹਾਂ ਤੇ ਉਹ ਕਸ਼ਮੀਰ ਵਿੱਚ ਉੱਪਰ ਗਏ ਹੋ ਕਿਹੜੀ ਜਗ੍ਹਾ ਤੱਕ ਗਏ ਹੋ ਪਿੱਛੇ ਉੱਧਰ ਪਾਓਬੜ ਤੱਕ ਮੁਜ਼ਫਰਾਬਾਦ ਰਾਵਲਾ ਕੋਟ ਸਾਰੇ ਏਰੀਏ ਦੇ ਟੋਲੀ ਪੀਰ ਬੜੀ ਗੱਲ ਜੀ ਮਾਸ਼ਾ ਅੱਲਾ ਜੀ ਤੇ ਇਸ ਲਈ ਕਿੰਨੀਆਂ ਬੱਕਰੀਆਂ ਰੱਖੀਆਂ ਤੁਸੀਂ ਉਸੀ 100-150 100-150 ਅੱਜ ਇਹਨਾਂ ਕੀ ਕਿਆ ਕਰਨੇ ਸੀ ਤੁਸੀਂ ਇਹ ਵੈਸਾ ਰੱਖਿਆ ਵੀ ਹਨ ਅੱਜ ਕਿਆ ਕਰਨੇ ਸੀ ਇਹਨਾਂ ਕੀ ਇਹ ਮੈਨੂੰ ਲਗੇ ਸੀ ਇਹਨਾਂ ਕੀ ਆ ਕੱਟਣੇ ਸੀ ਨਾ ਇਹ ਲੈਂਦਾ ਛਿੰਦਾ ਲੱਗ ਗਿਆ ਆਹ ਇਹਨੇ ਕੀ ਜਮਤ ਕਰਨੇ ਸੀ ਇਹਨਾਂ ਆ ਕੱਟਣੇ ਸੀ ਇਹਨਾਂ ਪਰ ਬਾਲ ਛਾ ਲਵਾਏ ਨੇ ਆ ਸਾਫ ਕਰਨੇ ਸੀ ਅੱਲਾ ਅੱਲਾ ਅੱਜ ਕਿੰਨੀ ਇਹ ਕਿਲ ਪਰ ਲਵਾਏ ਨੇ ਪੇਡਾਂ ਪਰ ਬਹੁਤ ਸਾਰੇ ਹਾਂ ਅੱਲਾ 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 ਹੁਣ ਤੁਸੀਂ ਕੀ ਦੱਸਣੇ ਇਹਨਾਂ ਦੀਆਂ ਪੇਡਾਂ ਵੀ ਬਜ਼ੁਰਗ ਵੀ ਬੈਠੇ ਉਹਨਾਂ ਲਈ ਗੱਪ ਲਾਣੇ ਆ ਅੱਛਾ ਜੀ ਲਾ ਅੱਛਾ ਜੀ ਅਸਲਾਮ ਅਲੈਕੁਮ ਜੀ ਬਜ਼ੁਰਗੋ ਕੀ ਹਾਲ ਆ ਠੀਕ ਹੋ ਸਿਰ ਕੈਸੀ ਹੈ ਬਾਬਾ ਸੋਨਾ ਕਹਿਣਾ ਆ ਯੂਸਫ ਬਜ਼ੁਰਗ ਪਹਿਲੇ ਦੂਏ ਭਾਈ ਸੇ ਇਹਨਾਂ ਨੇ ਲਾਸਾਂ ਵੀਡੀਓ ਬਣਾਈ ਸੀ ਤਾਂ ਹੁਣ ਇਹ ਆਏ ਜੜਾ ਨਾ ਪਿੱਡਾ ਛਿੱਡਾ ਨਾਲ ਤੇ ਬਾਬਾ ਮੈਂ ਇਹ ਗੱਲ ਦੱਸੋ ਲੈ ਕਿੰਨੀਆਂ ਪਿੱਡਾਂ ਰੱਖੀਆਂ ਹੋਣੇ ਆ ਜਾਂ 60 ਕੁਸੀ ਜਾਂ 60 ਕੁਸੀ ਤੇ ਕਿੰਨਾ ਟਾਈਮ ਬਾਅਦ ਤੁਸੀਂ ਜਾਸੋ ਪਲੇ ਏਰੀਏ ਅਸੀਂ ਬਸਾਹੀ ਬਸਾਹੀ ਹਾਂ ਬਸਾਹ ਕਿਹੜੇ ਮਹੀਨੇ ਨੇ ਜੀ ਕਸ਼ਮੀਰ ਪੂਰਾ ਤਕਰੀਬਨ ਪੈਦਲ ਵਿਜ਼ਿਟ ਕੀਤਾ ਤੇ ਸਾਡਾ ਤੁਸੀਂ ਕੀ ਆਸ ਲਈ ਹੈ ਕਸ਼ਮੀਰ ਨਾਲ ਸਾਥੀ ਪਿਆਰਾ ਏਰੀਆ ਕਿਹੜਾ ਲਗਾ ਰਹੇ ਯਾਰ ਏਰੀਆ ਉਹ ਪਿੱਛਾ ਹੀ ਸਾਰਾ ਪਿਆ ਕੋਈ ਇੱਕ ਜਗ੍ਹਾ ਨਾ ਨਾ ਵਸੀ ਖਾਸ ਨਾ ਬਤਾ ਬਾਟ ਹੋ ਗਿਆ ਕੇ ਸ਼ਰਦਾ ਕਿੱਥੇ ਜੀ ਜਾਣੇ ਹੋ ਹਾਂ ਹਾਂ ਕੁੰਡਲ ਸ਼ਾਹੀ ਅੱਠ ਮੁਕਾਮ ਬੱਚੋ ਇਹ ਤੂੰ ਕਿੱਥੇ ਤਾ ਬਾਟ ਆ ਗਿਆ ਤਾ ਬਾਟ ਆਖਰੀ ਬਾਰਡਰ ਹੋਇਆ ਆਖਰੀ ਯਾਰ ਇਹ ਤੂੰ ਸੋ ਕਿੰਨਾ ਟਾਈਮ ਲੜਾ ਜਾਣੇ ਮੈਂ ਉੱਥੇ ਅਸੀਂ ਪਿਆਦਲ ਜਾਣੇ ਆ ਸਾਂ ਕਿ ਮਹੀਨਾ ਲੱਗ ਜਾਣਾ ਮਹੀਨਾ ਲੱਗ ਜਾਣਾ ਮਾਲ ਬੱਚਾ ਜਿੱਥੇ ਤੂੰ ਗਿਓ ਪਰ ਰਾਵਲਾ ਕੋਟ ਇਸ ਰਸਤੇ ਬਹੁਤ ਬੜਾ ਹੋਇਆ ਇਹਨਾਂ ਨਾਲ ਬਹੁਤ ਬੜਾ ਸਫ਼ਰ ਆ ਤੁਸੀਂ ਕਦੇ ਕੋਈ ਜੰਗਲੀ ਜਾਨਵਰ ਕੋਈ ਟੱਕਰਿਆ ਹੋਇਆ ਤੁਸੀਂ ਕੀ ਜੰਗਲੀ ਉਹ ਪਿੱਛੇ ਬਹੁਤ ਨਹੀਂ ਗਿਆ ਸ਼ੇਰ ਸ਼ੋਰ ਟੱਕਿਆ ਨਹੀਂ ਗੁਣੀ ਕਦੇ ਤਰੰਡਾ ਨਾ ਗਾਣੇ ਪਿੱਛੇ ਜੰਗਲੇ ਰਿਚ ਵਗੈਰਾ ਸ਼ੇਰਾਂ ਨਾਲ ਆਮਨੋ ਸੁਣਨਾ ਸੁਣ ਕਦਾ ਟੱਕਿਆ ਮਤਲਬ ਫੇਸ ਟੂ ਫੇਸ ਸ਼ੇਰ ਕਦਾ ਆਇਆ ਹੋਇਆ ਸੁਣੇ ਨਹੀਂ ਉਹ ਆਣੇ ਨੇ ਬੱਕਰੀਆਂ ਕਹਿਣਿਆ ਫੇਰ ਮਰਾੜੇ ਸ਼ੇਰਾਂ ਨਾਲ ਮਾਰਨੇ ਨੇ ਮਰਾੜੇ ਨਾਲ ਸ਼ੇਰਾਂ ਨਾਲ ਮੁਕਾਬਲਾ ਕਰਨੇ ਉਹ ਹਾਂ ਸ਼ੇਰ ਕੁੱਤੇ ਸ਼ੁੱਤੇ ਵੀ ਇਹਨਾਂ ਨੇ ਬੜੇ ਨੇ ਉਸ ਤਗੜੇ ਦਰਨਾ ਬਿਲਕੁਲ ਅਗਰ ਕੋਲ ਇਹ ਹੁਣ ਆਏ ਪਿਆ ਨੇ ਬੱਕਰੀਆਂ ਜੀ ਜੀ ਉਹ ਕਦੇ ਨੁਕਸਾਨ ਨੀ ਨਾ ਦਿੱਤਾ ਸੁਣੀ ਜਨਵਰਾਂ ਹੀ ਦੇਣੇ ਨਾ ਬਹੁਤ ਲੋਕਾਂ ਨੇ ਖਾਣੇ ਹੁੰਦੇ ਸੀ ਚਲੋ ਹੋਰ ਹੋਣਾ ਸੀਤੜੇ ਨਾ ਉਸਕੀ ਆਪ ਨੇ ਕਿੱਲਾ ਮਿਸਿੰਗ ਹੋਣਾ ਚਲ ਬੱਕਰੀ ਹੋਣੀ ਫਿਰ ਇੱਕ ਰੋਸ ਆਪਣੇ ਇਸਕੀ ਬਹੁਤ ਸੋਣਾ ਉਹ ਰੋਸ ਵੀ ਕੁਝ ਚੂੜੀ ਆ ਰਹੀ ਉਹ ਬੜੀ ਮਹਿੰਗੀ ਬਿਕੀ ਉਹ ਘੋੜਾ ਨਾ ਤੋਲੇ ਤੇ ਚੋਰੀ ਤੋਲੇ ਨਾ ਸਵਾਰ ਬਿਕਣੀ ਹਾਂ ਠੀਕ ਠੀਕ ਬਹੁਤ ਜਿਹੜਾ ਇਹ ਏਰੀਆ ਆ ਇਸ ਨੂੰ ਤਾਂ ਉਸ ਏਰੀਆ ਚੋਂ ਕਾ ਫਰਕ ਤੱਕ ਨਹੀਂ ਹੋ ਵੈਸੇ ਇਨਸਾਨ ਸਾਨੂੰ ਬੱਕਰੀਆਂ ਡੰਗਰਾਂ ਦੇ ਮਾਲੇ ਨਾਲ ਸਾਡੇ ਤਰਬੂਜ ਦਾ ਸਭ ਦਾ ਜ਼ਿਆਦਾ ਹੈ ਇੱਧਰ ਸਭ ਦਾ ਜ਼ਿਆਦਾ ਆ ਤੁਸੀਂ ਇਹ ਦੱਸੋ ਉਹ ਏਰੀਆ ਕਿ ਜੋਰ ਹੈ ਉਹ ਏਰੀਆ ਇਸ ਨੂੰ ਜਿਸਨੇ ਚੂਰੀ ਕੇ ਜਿਸ ਵਿੱਚ ਮਾਲ ਆ ਸੀ ਤੁਸੀਂ ਉਸਨੇ ਬਿਲਕੁਲ ਕਰ ਦੇਣਾ ਇਹ ਦੋ ਟੁਕੇ ਕੰਡਾ ਕੋਈ ਨਹੀਂ ਕੰਡਾ ਛੰਡਾ ਉਧਰ ਕੋਈ ਨਹੀਂ ਬੂਟ ਲਾਈ ਜਾਂਦੇ
ਸੱਪ ਜਿਹੜਾ ਉਹ ਦੋ ਨੋਟ ਦੀ ਪੌੜੀ ਤੇ ਸੰ ਉਹ ਨੋਟ ਦੇ ਨੇ ਪੌੜੀ ਤੇ ਸਵਾਰ ਬਾਣੀ ਵਿੱਚ ਉਹ ਜੋ ਸਵਾਰ ਬਾਣੀ ਮੇਰੀ ਜਾਨ ਉਹ ਜਿਹੜੀ ਲੈਣੀ ਤੇ ਇਹ ਹੋਏ ਤੇ ਸਿੱਧੇ ਤੇ ਸਿੱਧਾ ਫੈਰ ਮਾਰਨੇ ਲੱਤਾਂ ਜੀ ਤੇ ਮਾਲੀ ਮਕਾਨੇ ਮਕਾਨੇ ਦਾ ਜ਼ਿਕਰ ਕਰਨੇ ਨਹੀਂ ਜੀ ਬੜੀ ਦਾਰੀ ਦੀ ਸੰ ਚਲੋ ਤੁਸੀਂ ਉਹ ਕਹੇ ਘਰ ਪੈਣੀ ਨਾ ਉਹਨਾਂ ਨੇ ਜ਼ਹਿਰ ਨਹੀਂ ਬਰਫਾਂ ਹੋ ਜਾਤੀ ਉਹਨਾਂ ਦੀ ਜ਼ਹਿਰ ਖਤਮ ਹੋ ਜਾਣਾ ਖਤਮ ਹੋ ਜਾਣਾ ਠੱਡਾ ਲਾਕਾ ਨੇ ਜ਼ਮੀਨ ਵਿੱਚ ਹੋਣਾ ਮਿੱਟੀ ਵਿੱਚ ਉਹ ਬਿਲਕੁਲ ਆਉਣੇ ਆਏ ਹੁਣ ਆਇਆ ਨਾ ਸਾਡੇ ਸਾਹਮਣੇ ਉਹਨੂੰ ਪੱਕੀ ਉਹਨੂੰ ਉਹਦੇ ਨੇ ਲੋਕ ਜਿਹੜਾ ਦਲੇਰ ਉਹਨੂੰ ਪੋੜਨਾ ਪੋੜੀ ਆਇਆ ਮੂੰਹ ਭਾਣਾ ਲਗਾ ਦੇ ਨਸਵਾ ਚੰਦੇ ਤੇ ਉਹ ਮਰੀ ਜਾਣਾ ਮਰੀ ਜਾਣਾ ਨਸਵਾ ਡਾਡੀ ਚੀਜ਼ ਜੀ ਸਾਡੇ ਕੁੜੀਆਂ ਬੁੱਢੇ ਨਹੀਂ ਮਰੇ ਜਿਹੜੇ ਇੱਥੇ ਤਾਂ ਸੋ ਦਾ ਨਸਵਾ ਬਣੇ ਨਾ ਨਾ ਬਣੇ ਠੀਕ ਜੀ ਬਾਬਾ ਮੀ ਇਹ ਗੱਲ ਦੱਸੋ ਕਿ ਅਸੀਂ ਕਿਆ ਚੀਜ਼ ਖਾਣੇ ਜੀ ਜਿਹੜੇ ਇਤਨੇ ਪੈਦਲ ਟੁਰਨੇ ਥੱਕਣੇ ਵੀ ਕੋਈ ਨਾ ਬਸ ਚੇਲੀ ਗਿਆ ਜੀ ਟੁਰੀ ਟੁਰੀ ਆਦਤ ਆਦਤ ਪੈ ਗਈ ਬਾਬਾ ਜੀ ਸਟਾਰਟਿੰਗ ਜੀ ਇਸਵਾਂ ਸਿਲਸਿਲਾ ਸ਼ੁਰੂ ਕੀਤਾ ਹੈ ਜੀ ਸ਼ੁਰੂ ਤੋਂ ਬਾਅਦ ਟੁਰਨੇ ਬਾਅਦ ਬੱਚਾ ਵੀ ਜੀ ਗਿਆ ਅੰਕ ਤੁਸੀਂ ਅਗਲਾ ਪੜੋ ਇੱਥੋਂ ਜਾਈ ਤਾਂ ਕਹਿੰਦੇ ਬੁਰੀਆਂ ਆ ਬੁਰੀਆਂ ਉੱਥੇ ਕਿੰਨਾ ਟਾਈਮ ਰਹੇ ਸੋ ਉੱਥੇ ਪਾਉਣੇ ਜੀ ਜਾ ਬਹੁਤ ਦਿਨ ਟਿਕੇ ਰਹੇ ਤਾਂ ਅਸਾਂ ਕੀ ਇਸ ਚੀਜ਼ ਨੂੰ ਦੱਸੋ ਕਿ ਉਧਰੋਂ ਕਿਹੜੇ ਕਿਹੜੇ ਫਲ ਫਰੂਟ ਜ਼ਿਆਦਾ ਹੈ ਉਧਰ ਉਸ ਏਰੀਆ ਪਰ ਲਈ ਉਧਰ ਸੇਬ ਹਰ ਫਰੂਟ ਉਧਰ ਹਰ ਫਰੂਟ ਹਰ ਫਰੂਟ ਇਧਰ ਤਾਂ ਕੋਈ ਨਹੀਂ ਨੇ ਜੋ ਤੇ ਕੋਈ ਆੜੀ ਸੇਬ ਠੀਕ ਅੱਛਾ ਆਰੂ ਦਾਖ ਉਧਰੋਂ ਆਨੇ ਆਨੇ ਕਹੇ ਤੁਸੀਂ ਜ਼ਿਆਦਾਤਰ ਸਖੜਾ ਨਾ ਆਨੇ ਹੋਣੇ ਜਾਂ ਖਰੋਟ ਵਗੈਰਾ ਖੋੜੀ ਖੋੜ ਖੋੜ ਜਿੰਨੇ ਕੀ ਆਨੇ ਕੁਝ ਸਾਰਾ ਜਿਹੜਾ ਮੇਵਾ ਉਸ ਲਾਕੇ ਠੀਕ ਠੀਕ ਇਸ ਵੀ ਤੱਕੇ ਮੋਟ ਹੋਇਆ ਸੇਬ ਨਹੀਂ ਦਾਣੋ ਕੋ ਬੂਟਾ ਠੀਕ ਠੀਕ ਉਹ ਵੀ ਕੋਈ ਨਹੀਂ ਉਹ ਵੀ ਕੋਈ ਨਹੀਂ ਪਸੰਦ ਆਕੇ ਬਾਬਾ ਮੈਂ ਇਹ ਗੱਲ ਦੱਸੋ ਜਿਸ ਆਸਾਂ ਸ਼ਾਦੀਆਂ ਕਰਨੇ ਆ ਬਰਾਤ ਦਾ ਸਿਲਸਿਲਾ 100-200 ਗੱਡੀ ਕਿੰਤਾ ਹੈ ਇਥੋਂ ਸਾਲੇ ਸ਼ਾਦੀ ਕੀਤੀ ਪਿੰਡੀ ਦੀ ਕੋਟਲੀ ਦੀ ਗੱਡੀਆਂ ਸਿੱਸੇ ਜਾਣੇ ਆ ਸੋਹਣੀ ਸ਼ਾਦੀ ਨਾਲ ਕਿਆ ਕਨਸੈਪਟ ਆ ਬਸ ਇਹ ਇੱਕ ਇਨਸਾਫ ਆ ਸਿੰਘ ਗੱਡੀਆਂ ਗੱਡੀਆਂ ਜਾਣੇ ਹੋ ਕੱਲ ਬਾਜੀ ਖਾਣੇ ਪੀਣੇ ਸੋ ਕਾ ਦੇਣੇ ਹੋ ਖਾਣੇ ਪੀਣੇ ਖਾਣੇ ਪੀਣੇ ਮਿੱਠੇ ਚਾਲ ਪਕਾਣੇ ਆ ਮਿੱਠੇ ਚਾਲ ਗੋਸ਼ਤ ਗੋਸ਼ ਰੋਟੀ ਰੋਟੀ ਗੋਸ਼ਤ ਕਿਸਨਾ ਖਾਣਾ ਹੋਇਆ ਓਏ ਬੱਕਰੀਆਂ ਨੂੰ ਬੱਕਰੀਆਂ ਬੱਕਰੀਆਂ ਨੂੰ ਗੋਸ਼ਤ ਸਾਰਾ ਕੁਝ ਆ ਸੀ ਮੇਰੇ ਸ਼ਿਫਟ ਕਰਨੇ ਗੱਡੀ ਹੁਣ ਪਿੰਡੀ ਤੋਂ ਆਣਨੀ ਹੋਇਆ ਢੋਲੀ ਤੇ ਲੋਕਾਂ ਤੋਂ ਜੀ ਸ਼ਾਦੀ ਕਰੀ ਰਹੇ ਹੋ ਆ ਜਾਣਾ ਸ਼ਾਦੀ ਕਰਨੇ ਦੋ ਤਰੇ ਗੱਡੀਆਂ ਕਿੰਨੇ ਭਰਾ ਦੋ ਤਰੇ ਜਿੱਦੀ ਜੀ ਤਸੀਕ ਬੰਦੇ ਬੜੇ ਹਨ ਹਾਂ ਇੱਕ ਬੜਾ ਇੱਕ ਠੀਕ ਠੀਕ ਮਤਲਬ ਕਿ ਕਿੰਨੀ ਉਮਰ ਐ ਸੋ ਵਿਆਹ ਕਰਨਾ ਪਸੰਦ ਕਰ ਰਹੇ ਹਮ ਸਾਰੇ ਜਿਸ ਬੰਦੇ ਨੂੰ ਉਮਰ ਆਪਣੇ ਯੰਗ ਬੱਚਾ ਜਿਹੜਾ ਤੁਸਾਂ ਦਾ ਮਤਲਬ ਜਵਾਨ ਬਣਾ ਜਵਾਨ ਹੋਣਾ ਕਿੰਨੀ ਉਮਰ ਐ ਜਿਸ ਨੇ ਸ਼ਾਦੀ ਕਰਨੇ ਹੋ ਬਸ ਸਾਰਾ ਹੋ ਜਾਣਾ ਕੋਈ 18-20 ਸਾਲ ਦੇ ਦਰਮਿਆਨ ਸ਼ਾਦੀ ਕਰੀ ਹੁੰਦੀ ਹੈ ਹੋ ਗਿਆ ਕਰੀ ਸਹੀ ਸਹੀ ਉਹ ਅਸਾਂ ਹੀ ਆ ਜਿਨ੍ਹਾਂ ਕੀ ਵਿਆਹ ਨਹੀਂ ਕਰਾਣੇ ਪਾਏ 5-5 ਸਾਲ ਹੋਏ ਜਾਂ ਅਸਾਂ ਆਇਆ ਸੋ 30-35 ਸਾਲ ਨੇ ਜਾਂ ਸਿੰਘ ਨਹੀਂ ਵਿਆਹ ਕਰਾਣੇ ਕਿਸਾਂ ਨੇ ਲੋਕ ਰੋਗਾ ਤੇ ਪੈ ਜਾ ਦੁਪਾਰ ਜਾ ਬਿਲਾ ਜੋ ਜੋ ਮੋੜੀ ਉਹਨਾਂ ਬਗਨੀਆਂ ਮੋੜੀ ਉਹਨਾਂ ਦਾ ਮੋੜਾਂ ਬੱਲੀ ਕਰ ਹੁਆ ਕੇ ਉੱਪਰ ਹੁਣਾਂ ਕਹਿ ਸੁਈ ਹੋਰ ਦੱਸਨੇ ਏਰੀਏ ਗੱਪ ਸ਼ਪ ਤਾਂ ਲਾਈ ਜਿੰਦੀ ਆ ਤਾਂ ਬੱਕਰੀਆਂ ਦਾ ਇੰਨਾਂ ਨਹੀਂ ਆ ਕਾਫੀ ਸਾਰੀਆਂ ਹੀ ਬਰ ਲਿਆ ਕੇ ਲਾਦੇ ਲਾਦੇ ਏਰੀਏ ਜੀਆਂ ਹੁਣ ਤੱਕ ਨੇ ਮੈਂ ਤਾਂ ਬੇਸਿਕਲੀ ਆਪਣੇ ਏਰੀਏ 'ਚ ਆਪਣੀ ਜ਼ਮੀਨ ਤੇ ਫਿਰਨਾ ਪਿਆ ਤਾਂ ਤੱਕ ਹੀ ਸਕਦੇ ਹੋ ਅੱਜ ਸ਼ਾਮ ਤੱਕ ਐਸਾ ਨਹੀਂ ਕੀਤਾ ਸਾ ਚਲੋ ਅੱਜ ਬੱਕਰੀਆਂ ਕਾਰ ਹੀ ਨੇ ਤਾਂ ਵੀਡੀਓ ਬਣਾਏਗੀ ਨਾ ਘੋੜੇ ਮੁੜੀ ਘੋੜੇ ਵੀ ਅੱਛੇ ਤਾਂ ਉਹਨਾਂ ਨੇ ਵੀਡੀਓ ਬਣਾਣੇ ਆ ਕਿੰਨੀ ਦੇਰ ਲਈ ਅਸੀਂ ਹੁਣ ਅੱਗੇ ਸੁਣੋ ਦੱਸਣਾ ਨੈਕਸਟ 2-1 ਵਜੇ ਇਹ ਜੀ ਨਿਆਣੇ ਜੀ ਸੰਦ ਇਹ ਜਿਹੜਾ ਨਾ ਕੀ ਕਹਿੰਦੇ ਜੀ ਛਿੜਕੁੰਡਾ ਛਿੜਕੁੰਡਾ ਠੀਕ ਹੈ ਮੈਂ ਦੱਸਣਾ ਅਸੀਂ ਕਿਸ ਤਰ੍ਹਾਂ ਦਾ ਨਜ਼ਾਰਾ ਸਾਡੇ ਦੇਸੀ ਸਵਿਮਿੰਗ ਪੂਲ ਗਰਮੀ ਆਈ ਗਈਆਂ ਬਸ ਹੁਣ ਇੱਥੇ ਜਿਹੜਾ ਨਾ ਰੌਣਕ ਮੇਲਾ ਲੱਗ ਸੀ ਨਾ ਰੋਜ਼ਿਆਂ ਠੀਕ ਹੈ ਨਾ ਜੀ ਨੇ ਗ੍ਰਾਮੀ ਠੀਕ ਹੈ ਅਸੀਂ ਦਿਓ ਇਜਾਜ਼ਤ ਕੀ ਕਿਹਾ ਜੀ ਨੇ ਜਵਾਬ ਜੰਗਲੋਂ ਜੀ ਥੋੜ੍ਹੇ ਜਿਹੇ ਇੱਥੇ ਸੀ ਜਿਹੜੇ ਤੁਸੀਂ ਕੀ ਦੱਸੇ ਨੇ ਤੇ ਮਿਲਸਾ ਨੈਕਸਟ ਵੀਡੀਓ ਨੈਕਸਟ ਵੀਡੀਓ ਇਨਸ਼ਾਅੱਲਾ ਚੰਗੀ ਵੀਡੀਓ ਆਨਸਾ ਇਹਨਾਂ ਨਾਲ ਹੈ ਅੱਜ ਆਣੇ ਨਾ ਮਹੀਨੇ ਮਹੀਨਾ ਖੰਡ ਅਸਾਂ ਅੱਜ ਇੱਥੇ ਹੀ ਹਾਂ ਤੇ ਮਹੀਨੇ 10 ਵਲੌਗ ਲੈ ਕੇ ਸਰ ਇਨਸ਼ਾਅੱਲਾ ਅਸਾਂ ਵੀਡੀਓ ਤੁਸੀਂ ਦੱਸਾਂ ਜਿਸਾ ਤੁਸਾਂ ਅਸਾਂ ਕੀ ਫੇਸਬੁੱਕ ਪਰ ਸਪੋਰਟ ਕਰਨੇ ਪਏ ਸਰ ਸਾਡੇ ਚੈਨਲਾਂ ਪਰ ਵੀ ਅਸਾਂ ਕੀ ਸਪੋਰਟ ਕਰੋ ਯੂਟਿਊਬ ਨੇ ਚੈਨਲ ਪਰ ਭਾਈ ਰਾਸ਼ਦ ਸਾਹਿਬ ਦਾ ਨਾਮ ਚੈਨਲ ਆ ਨਾ ਦੱਸੋ ਆਪਣਾ ਕਸ਼ਮੀਰ ਸਾਡਾ ਆਪਣਾ ਕਸ਼ਮੀਰ YouTube ਚੈਨਲ ਕੀ ਸਬਸਕ੍ਰਾਈਬ ਕਰੋ ਤਾਂ ਸਾਡੇ ਚੈਨਲ ਕੀ ਸਬਸਕ੍ਰਾਈਬ ਕਰੋ ਮਿਸਟਰ ਜਿਮੀ ਵਲੌਗਸ ਤਾਂ ਅੱਜ ਦੀ ਵੀਡੀਓ ਨਾਲ ਅਸਾਂ ਐਂਡ ਕਰਨੇ ਐਂਡ ਕਰਨੇ ਸੋਹਣੇ ਅੱਲਾ ਵਾਲੇ ਸੋਹਣੇ ਅੱਲਾ ਵਾਲੇ ਵਾਲਾ ਤਾਂ ਫਿਰ ਗੱਪ ਹੋਸੀ ਫਿਰ ਮਾਨੂੰਗਾ।